ਸੋ ਹੈਲੋ ਸਟੂਡੈਂਟਸ ਵੈਲਕਮ ਬੈਕ ਅੱਜ ਦੀ ਵੀਡੀਓ ਦਾ ਡੇ 3 ਪਾਰਟ ਹੈ ਜਿਹੜਾ 21st ਤੋਂ ਲੈ ਕੇ 25th ਤੱਕ ਦੇ ਰੂਲਸ ਦੀ ਡਿਸਕਸ਼ਨ ਕਰਾਂਗੇ ਲਾਸਟ ਡੋ ਡੇਸ ਦੀਆਂ ਵੀਡੀਓਜ਼ ਵੀ ਦੇਖ ਲੀਆਂ ਹੋਣਗੀਆਂ ਜੇ ਨਹੀਂ ਦੇਖਿਆ ਤਾਂ ਪਹਿਲਾਂ ਉਹ ਵਾਲੀ ਵੀਡੀਓਜ਼ ਨੂੰ ਜ਼ਰੂਰ ਦੇਖ ਲਓ ਤਾਂ ਹੀ ਤੁਹਾਨੂੰ 21 ਤੋਂ ਲੈ ਕੇ 25th ਤੱਕ ਵਾਲੇ ਰੂਲਸ ਦੀ ਜ਼ਿਆਦਾ ਸਮਝ ਲੱਗਣੀ ਹੈ ਬਿਕਾਜ਼ ਉਨੀ ਡੈਪਥ ਨਾਲ ਮੈਂ ਚੀਜ਼ਾਂ ਨਹੀਂ ਦੱਸੀਆਂ ਜੋ ਮੈਂ ਫਸਟ ਦੇ ਵਿੱਚ ਦੱਸੀਆਂ ਸੀ ਬਟ ਇਹ ਵਾਲੇ ਰੂਲਸ ਤੁਹਾਨੂੰ ਫਿਰ ਹੀ ਇੰਪਲੀਮੈਂਟ ਕਰਨੇ ਆਉਣਗੇ ਜੇ ਤੁਹਾਨੂੰ ਬੇਸਿਕਸ ਚੀਜ਼ਾਂ ਦਾ ਪਤਾ ਹੋਊਗਾ ਜਿਹੜੇ ਮੈਂ ਫਸਟ ਵੀਡੀਓਜ਼ ਦੇ ਵਿੱਚ ਦੱਸ ਚੁੱਕਿਆ ਸੋ 让我们 ਕ ਡੇ 3 ਆਫ ਦਾ ਪ੍ਰੈਜੈਂਟੇਸ਼ਨ ਅਜਬਰੂ ਉਸ ਜਿਹੜੇ ਡਿਸਕਸ ਕਰਨੇ 21 ਤੋਂ ਲੈ ਕੇ 25 ਤੱਕ ਜਿਹੜੇ ਕੀ ਮੋਸਟ ਇੰਟਰਸਟਿੰਗ ਐਂਡ ਟ੍ਰੀਕੀ ਹੋਣ ਜਾ ਰਹੇ ਹੈ ਟ੍ਰੀਕੀ ਦਾ ਮਤਲਬ ਇਹ ਉਹ ਜਿਹੇ ਸ਼ਾਰਟਕੱਟਸ ਹੈ ਜਿਹੜੇ ਤੁਹਾਨੂੰ ਹੋ ਸਕਦਾ ਹੈ ਮਤਲਬ 20 30% ਚਾਂਸ ਹੈ ਵੀ ਇਹ ਵਾਲੇ ਸ਼ਾਰਟਕੱਟਸ ਤੁਹਾਨੂੰ ਪਹਿਲੀਆਂ ਦੇ ਵਿੱਚ ਹੀ ਦੇਖਣ ਲੱਗ ਜਾਣਗੇ ਹਰੇਕ ਰੂਲ ਹਰੇਕ ਜਗ੍ਹਾ ਤੇ ਇੰਪਲੀਮੈਂਟ ਨਹੀਂ ਹੁੰਦਾ ਇਸ ਕਰਕੇ 25 ਟਾਈਪਸ ਹੈ ਕੋਈ ਨਾ ਕੋਈ ਰੂਲ ਕਿਸੇ ਨਾ ਕਿਸੇ ਤੁਹਾਨੂੰ ਹੈਲਪ ਜ਼ਰੂਰ ਕਰਦਾ ਪੀਟੀ ਇਜ਼ 올 ਅਬਾਊਟ ਆਈਕਿਊ ਤੁਹਾਡੀ ਇੰਗਲਿਸ਼ ਲੈਂਗੁਏਜ ਨੂੰ ਨਹੀਂ ਐਨਾ ਚੈੱਕ ਕਰਦਾ ਜਿੰਨੀ ਤੁਹਾਡੀ ਸਮਾਰਟਨੈਸ ਨੂੰ ਇਹ ਚੈੱਕ ਕਰਦਾ ਕਿ ਬੱਚੇ ਨੂੰ ਆਹ ਵਾਲੀ ਚੀਜ਼ ਦਿਖ ਰਹੀ ਹੈ ਜਿਹੜਾ ਆਪਾਂ ਲ ਕੁਲੂ ਅਸੀਂ ਦੇ ਰਹੇ ਹਾਂ ਸੋ ਹਰ ਇੱਕ ਬੱਚੇ ਨੂੰ ਵੋਕੈਬਲਰੀ ਨਹੀਂ ਕੰਪਲੀਟਲੀ ਆਉਂਦੀ ਹਰ ਇੱਕ ਬੱਚੇ ਨੂੰ ਗ੍ਰਾਮਰ ਨਹੀਂ ਚੰਗੀ ਤਰ੍ਹਾਂ ਆਉਂਦੀ ਪਰ ਹੋਰ ਵੀ ਕੁਝ ਹੈ ਜੋ ਰੀਡਿੰਗ ਕਢਵਾ ਸਕਦੀ ਹੈ ਤੁਹਾਡੀ इजीली ਸਪੈਸ਼ਲੀ ਅੱਜ ਦੀ ਵੀਡੀਓ ਜਿਹੜੀ ਉਹ ਰੀਡਿੰਗ ਐਂਡ ਰਾਈਟਿੰਗ ਬਲੈਂਕਸ ਦੇ ਉੱਤੇ ਹੈ ਸੋ ਐਂਡ ਤੱਕ ਬਣੇ ਰਹੋ ਫਿਰ ਦਿਖਾਣੇ ਆ ਤੁਹਾਨੂੰ ਕਿਹੜੇ ਕਿਹੜੇ ਚੀਜ਼ਾਂ ਕਿਵੇਂ ਕਿਵੇਂ ਹੋਣਗੀਆਂ ਤੇ ਇਸ ਤੋਂ ਬਾਅਦ ਜਿਹੜੀਆਂ ਵੀਡੀਓਜ਼ ਆਉਣਗੀਆਂ ਉਹ ਆਉਣਗੀਆਂ ਜੀ ਰੀਡ ਜਿਹੜੀ ਵੀ ਐਕਸਰਸਾਈਜ਼ ਆਪਾਂ ਕਰਿਆ ਕਰਾਂਗੇ ਵਿਦ ਰੂਲ ਇੰਪਲੀਮੈਂਟੇਸ਼ਨ ਕਰਕੇ ਤੁਹਾਨੂੰ ਐਗਜ਼ਾਮਪਲ ਦਿਆ ਕਰਾਂਗੇ ਰੂਲ ਨੰਬਰ ਇੰਨੇ ਦੇ ਅਕੋਰਡਿੰਗ ਆ ਦੇਖੋ ਇੱਥੇ ਆਨਸਰ ਕਲੂ ਸਿੱਧਾ ਪਿਆ ਡਾਇਰੈਕਟ ਸਕਰੀਨ ਦੇ ਉੱਤੇ ਆਪਾਂ ਸਾਰਾ ਕੁਝ ਸ਼ੋਅ ਕਰਿਆ ਕਰਾਂਗੇ ਚੱਲਦੇ ਆ ਸਕਰੀਨ ਤੇ ਓਕੇ ਜੀ ਆਪਨਾ ਓਵਰਵਿਊ ਹੈ ਜੁਵਾਜ ਆਪਾਂ ਕਰਨ ਜਾ ਰਹੇ ਆਂ ਜੇ ਐਂਡ ਦੇ ਨਾਲ ਦੋ ਨਾਉਨ ਕਨੈਕਟ ਹੁੰਦੇ ਆ ਤਾਂ ਕਿਵੇਂ ਲੱਗਦਾ ਐਂਡ ਜੇ ਦੋ ਫਰੇਜ਼ਸ ਨੂੰ ਕਨੈਕਟ ਕਰਦਾ ਤਾਂ ਕਿਵੇਂ ਇੱਕ ਰੂਲ ਚੇਂਜ ਹੁੰਦਾ ਪੋਜ਼ਿਟਿਵਿਟੀ 네ਗੇਟਿਵਿਟੀ ਕੀ ਹੁੰਦੀ ਹੈ ਸੈਂਟੈਂਸਸ ਦੀ ਆਡ ਵਨ ਆਊਟ ਆਪਾਂ ਕਿਹਨੂੰ ਕਹਿੰਨੇ ਆ ਤੇ ਕੋਲੋਕੇਸ਼ਨ ਵਰਡਸ ਹੈ ਜਿਹੜੇ ਉਹ ਆਨਸਰਸ ਕਿਵੇਂ ਤੁਹਾਨੂੰ ਸਹੀ ਤਰੀਕੇ ਨਾਲ ਦਿੰਦੇ ਆਪਾਂ ਐਗਜ਼ਾਮਪਲਸ ਦੇ ਨਾਲ ਨਾਲ ਕਰਾਂਗੇ ਇਫ ਐਂਡ ਕਨੈਕਟ ਦਾ ਵਰਡਸ ਦੇ ਵਿਲ ਬੀ ਇਨ ਦਾ ਸੇਮ ਆਰਡਰ ਲਾਈਕ ਦਾ ਬੁక్స్ ਐਂਡ ਪੈਨਸ ਆਇਨਿਕ ਐਸ ਦਾ ਬੁੱਕ ਐਂਡ ਪੈਨਸ ਇੱਕ ਸਿੰਗੂਲਰ ਹੈ ਦੂਜਾ ਵੀ ਸਿੰਗੂਲਰ ਇੱਕ ਪਲੂਰਲ ਹੈ ਤਾਂ ਦੂਸਰਾ ਵੀ ਪਲੂਰਲ ਇਹਦੇ ਵਿੱਚ ਖਾਸ ਧਿਆਨ ਰੱਖਣਾ ਉਹ ਵਾਲੇ ਵਰਡਸ ਜਿਹੜੇ ਸਿੰਗੂਲਰ ਤੇ ਪਲੂਰਲ ਦੇ ਵਿੱਚ ਸੇਮ ਹੁੰਦੇ ਆ ਠੀਕ ਹੈ ਜਿਵੇਂ हेयर ਤੇ ਹੇਅਰ ਹੀ ਹੁੰਦਾ ਆਪਾਂ ਇਹਨੂੰ ਹੇਅਰਸ ਨਹੀਂ ਕਹਿੰਦੇ ਹਨਾ ਚਿਲड्रन ਜਿਵੇਂ ਚਿਲਡਰਨਸ ਕਹਿ ਦਿੰਦੇ ਹੋ ਉਹ ਚੀਜ਼ਾਂ ਗਲਤ ਹੁੰਦੀਆਂ ਉਹਨਾਂ ਨੂੰ ਧਿਆਨ ਚ ਰੱਖਿਆ ਕਰੋ ਦ ਸਟਡੀ ਹਾਈਲਾਈਟਸ ਦਾ ਗੈਪ ਬੀਟਵੀਨ ਥਿਉਰੀ ਐਂਡ ਪ੍ਰੈਕਟਿਸ ਥਿਉਰੀ ਐਂਡ ਪ੍ਰੈਕਟਿਸ ਨਹੀਂ ਆਊਗਾ ਥਿਉਰੀ ਐਂਡ ਪ੍ਰੈਕਟਿਸ ਹੀ ਆਊਗਾ ਥਿਉਰੀਜ਼ ਐਂਡ ਪ੍ਰੈਕਟਿਸਿਜ਼ ਆਉਣਾ ਸੀ ਐਨਾਲਿਸਿਸ ਐਗਜ਼ਾਮਿਨਸ ਹਾਊ ਵੇਰੀਅਸ ਪਾਲਿਸੀਜ਼ ਐਂਡ ਰੈਗੂਲੇਸ਼ਨਸ ਅਫੈਕਟ ਦਾ ਇੰਡਸਟਰੀ ਕੰਪਲਾਈਐਂਸ ਹੁਣ ਮੈਂ ਕਿਉਂ ਕਰਾ ਰਿਹਾ ਕਿਉਂਕਿ ਜੇ ਦੋਨਾਂ ਦੇ ਵਿੱਚ ਇੱਕ ਜਗ੍ਹਾ ਤੇ ਬਲੈਂਕ ਆ ਗਈ ਤੁਸੀਂ ਆਨਸਰ ਪਲੂਰਲ ਲੱਭਣਾ ਹੈ ਜਾਂ ਸਿੰਗੂਲਰ ਲੱਭਣਾ ਡਿਪੈਂਡਿੰਗ ਔਨ ਦਾ ਅਦਰ ਪਾਰਟ ਰੂਲ ਨੰਬਰ 21 ਦੀ ਆਪਾਂ ਥੋੜੀ ਜੀ ਐਕਸਰਸਾਈਜ਼ ਕਰੀਏ ਦਾ ਸਟੈਪਲਰਸ ਐਂਡ ਡੈਸ਼ ਵਰ ਕੈਪਟ ਇਨ ਦਾ ਆਫਿਸ ਹੁਣ ਨਾਲ ਧਿਆਨ ਆਪਾਂ ਇਹ ਵੀ ਰੱਖਣਾ ਵੀ ਉਹ ਕੋਲੋਕੇਟਿਵ ਹੋਣਾ ਚਾਹੀਦਾ ਸਟੈਪਲਰਸ ਐਂਡ ਤੁਹਾਨੂੰ ਪਤਾ ਲੱਗ ਗਿਆ ਇੱਥੇ ਕੁਝ ਵੀ ਵਰਡ ਆਊਗਾ ਜਿਹੜਾ ਹੋਊਗਾ ਪਲੂਰਲ ਹੁਣ ਪਲੂਰਲ ਕਿਹੜੇ-ਕਿਹੜੇ ਆ ਮਾਸਕ ਨਹੀਂ ਅੰਬ੍ਰੇਲਾ ਇਸ ਯਸ ਪਲੂਰਲ ਹੈ ਫਿਨੋਮੀਨਾ ਜਿਵੇਂ ਪਹਿਲਾਂ ਪਲੂਰਲ ਹੁੰਦਾ ਰੂਲਰਸ ਯੈਸ ਪਲੂਰਲ ਗਲੋਰੀਅਸ ਕੀ ਆ ਵਰਡ ਪਾਰਟ ਆਫ ਸਵਿਚ ਜੇ ਤੁਹਾਨੂੰ ਨਹੀਂ ਪਤਾ ਤੁਹਾਨੂੰ ਯਾਨੀ ਕਿ ਐਡਜੈਕਟਿਵ ਹਲੇ ਵੀ ਕਮਜ਼ੋਰ ਆ ਉਹਨੂੰ ਦੁਬਾਰਾ ਦੇਖ ਲਓ ਥੀਸ ਆਰ ਕਾਲਡ ਐਡਜੈਕਟਿਵਸ ਸਫਿਕਸਸ ਓ ਯੂ ਐਸ ਅੰਬਰੇਲਾਸ ਫੀਨੋਮੀਨਾ ਜਾਂ ਰੂਲਰਸ ਹੁਣ ਸਟੈਪਲਰਸ ਦੇ ਨਾਲ ਆਫਿਸ ਦੇ ਵਿੱਚ ਰੱਖਣ ਵਾਲੀ ਕਿਹੜੀ ਚੀਜ਼ ਹੈ ਸਰ ਫੀਨੋਮੀਨਾ ਦਾ ਬਿਲਕੁਲ ਵੀ ਨਹੀਂ ਆਊਗਾ ਸੋ ਕੋਈ ਫਿਜ਼ੀਕਲ ਚੀਜ਼ ਜਾਂ ਦਾ ਅੰਬਰੇਲਾਸ ਜਾਂ ਰੂਲਰਸ ਹੁਣ ਉਹਦਾ ਸੈਕੰਡ ਪਾਰਟ ਹੈ ਜਿਹੜਾ ਉਹ ਕਿਹੋ ਜਿਹਾ ਯੈਸ स्टैपलरस एंड रूलरस रूलरस होंगे फट्टे फुट्टे जो आप स्केल कह दें दे कस्टमाइज गुड्स एज पर द नीड्स एंड ऑफ द कस्टमर नीड्स दे कस्टमाइज गुड्स एज पर द नीड्स एंड ऑफ द कस्टमर नीड्स एंड डैश ऑफ द कस्टमर नीड्स एंड इतने भी प्लूरल लगाओ डिमांडिंग नो फुलफिलमेंट नो

ਦੋ ਫਰੇਜ਼ਸ ਨੂੰ ਕਨੈਕਟ ਕਰਦਾ ਤਾਂ ਉਹਨਾਂ ਦੇ ਵਿੱਚ ਜਿਹੜੀ ਵਰਬਲ ਟونز ਹੈ ਨਾ ਜਾਂ ਨਾਉਨ ਦੀ ਟونز ਹੈ ਉਹ ਵੀ ਸੇਮ ਹੋਣੀ ਹੈ ਯਾਨੀ ਕਿ ਇਧਰਲਾ ਹਿੱਸਾ ਪੂਰਾ ਤੇ ਇਧਰਲਾ ਹਿੱਸਾ ਉਹਨਾਂ ਦੇ ਵਿੱਚ ਜਿਹੜੀ ਵਰਬਸ ਯੂਜ਼ ਹੁੰਦੀ ਹੈ ਜੇ ਈਡੀ ਹੈ ਤਾਂ ਈਡੀ ਜੇ ਆਈ ਐਨ ਜੀ ਹੈ ਤਾਂ ਆਈ ਐਨ ਜੀ ਜੇ ਦਾ ਨਾਉਨ ਪਲੂਰਲ ਹੈ ਤਾਂ ਇਧਰ ਨਾਉਨ ਪਲੂਰਲ ਇਹ ਚੀਜ਼ਾਂ ਨੂੰ ਸਮਝਣਾ ਹੁਣ ਆਪਾਂ ਕਿਵੇਂ ਦ ਰਿਸਰਚ ਦ ਰਿਸਰਚ ਟੀਮ ਮੈਟੀਕਿਊਸਲੀ ਐਨਾਲਾਈਜ਼ਡ ਦ ਵਾਸਟ ਡਾਟਾ ਸੈਟ ਐਂਡ ਇੰਟਰਪ੍ਰੀਟਡ ਦ ਰਿਜ਼ਲਟਸ ਉਹਨੇ ਐਨਾਲਾਈਜ਼ ਕੀਤਾ ਤੇ ਇੰਟਰਪ੍ਰੀਟ ਕੀਤਾ ਸੋ एनालाइज द वर्स एडसैट एंड इंटरप्रैटिंग आई एन जी टोन इतने नहीं आएगी सो वर्बल टोनस एक जी होंगे अगले देख लो द इंजनीयर डेवलप अ ग्राउंड ब्रेकिंग एलगोरिदम एंड इंप्लीमेंटेड डेटा करॉस द मल्टीपल प्लेटफॉर्म्स उन्हें डेवलप किया इम्पलीमेंट किया इम्प्लीमेंटिंग इम्पलीमेंट फस्टफॉम बिल्कुल भी नहीं आन गया छोटी जी एक्सरसाइज इस चीज़ की डिलीशियस मील the guests dash their satisfaction by thoroughly enjoying every bite of the dishes the guest dash their satisfaction hun answer ki lagaoge sir bland aauga reframe aauga sanu ta meaning hi nahi pata sir mark kime lagaiye but oh je rule apa hun e karke ate hon de vich apa ki kiya verb di jehdi atones aau same hon giya hun ene de verb di atones labo kehdiya apan nu chahidiya yes 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 jaldi chef prepared अ डिलीशियस मील यानी कि वर्ब की थर्ड फॉर्म इतने लगी हुई है सो इतने की आऊगी इतने भी वर्ब की थर्ड फॉम लगाओ वेंट गो वेंट गॉन रीफरेम ब्लैंड एनलाइट सो थर्ड फॉर्म सिर्फ एक ही पई है आप ही आंसर देवें क्यूरीअस ओ यूएस मार्क फस्ट फॉर्म द कंपनी सक्सैसफुल डैश आर न्यू प्रोडक्ट एंड इट्सिकुनली ਗਾਰਨਰਡ ਪੋਜ਼ਿਟਿਵ ਫੀਡਬੈਕ ਉਹਨਾਂ ਨੇ ਸਕਸੈਸਫੁਲੀ ਕੀ ਕੀਤਾ ਨਵੇਂ ਪ੍ਰੋਡਕਟ ਨੂੰ ਤੇ ਉਹਨਾਂ ਨੇ ਅਗਲੇ ਵਰਡ ਦੇ ਵਿੱਚ ਲਿਖਿਆ ਹੋਇਆ ਵਰਬ ਦਾ ਪਾਸ ਪਾਰਟਿਸਪਲ ਹੁਣ ਇੱਥੇ ਵੀ ਪਾਸ ਟੀ ਲਗਾਵਾਂਗੇ ਕੰਪਨੀ ਨੇ ਮੈਨੂਫੈਕਚਰ ਕੀਤਾ ਲਾਂਚ ਕੀਤਾ ਪ੍ਰੋਡਕਸ਼ਨ ਨਹੀਂ ਆਊਗਾ ਕਿਉਂ ਨਹੀਂ ਆਊਗਾ ਸਰ ਸ਼ਨ ਵਾਲੇ ਨਾਉਨ ਹੁੰਦੇ ਆ ਬਲੈਂਡ ਨੋ ਪ੍ਰੋਡਿਊਸਡ ਜਾਂ ਮੈਨੂਫੈਕਚਰਡ ਜਨਰੇਟ ਫਸਟ ਫਾਰਮ ਆ ਗਈ ਆਨਲਾਈਨ ਤੁਹਾਨੂੰ ਪਤਾ ਹੀ ਹੈ ਟੋਨਸ ਆਪਣੇ ਨਹੀਂ ਚਾਹੀਦੀ ਆਪਾਂ ਨੂੰ ਚਾਹੀਦੀ ਹੈ ਜਾਂ ਤਾਂ ਮੈਨੂਫੈਕਚਰਡ ਜਾਂ ਚਾਹੀਦੀ ਹੈ ਪ੍ਰੋਡਿਊਸਡ ਜਾਂ ਲਾਂਚਡ ਤੇ ਨਾਲ ਚ ਇੱਕ ਆਨਸਰ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਨਾਰਮਲੀ ਆਨਸਰ ਦੋਗੇ ਮੈਨੂਫੈਕਚਰਡ ਨਿਊ ਪ੍ਰੋਡਕਟਸ ਤੇ ਕੰਪਨੀ ਮੈਨੂਫੈਕਚਰਡ ਨਿਊ ਪ੍ਰੋਡਕਟਸ ਐਂਡ ਇਟ ਸਬਸੀਕਵੈਂਟਲੀ ਗੈਨਰਡ ਪੋਜ਼ਿਟਿਵ ਫੀਡਬੈਕ ਫਰੋਮ ਕਸਟਮਰਸ ਪ੍ਰੋਡਕਟ ਹਮੇਸ਼ਾ ਲਾਂਚ ਹੁੰਦੇ ਆ ਨਾ ਕਿ ਮੈਨੂਫੈਕਚਰ ਹੁੰਦੇ ਧਿਆਨ ਦਿਆ ਕਰੋ ਨਾਉਨ ਕਿਹੜਾ ਹੈ ਤੇ ਨਾਉਨ ਦੇ ਨਾਲ ਆਪਾਂ ਕੋਲੋਕੇਟਿਵ ਆਨਸਰ ਦੇਣਾ ਸੋ ਪ੍ਰੋਡਕਟਸ ਆਰ ਲਾਂਚਡ ਲਾਂਚਡ ਇਜ਼ ਦਾ ਆਨਸਰ ਰੂਲ ਨੰਬਰ 23 ਉੜਾ ਜਾ ਇੱਥੇ ਦਿਮਾਗ ਦੀ ਲੋਡ ਪੈਣੀ ਹੈ ਇੱਥੇ ਅਗਲੇ ਪਿਛਲੇ ਵਰਡ ਨੇ ਆਨਸਰ ਨਹੀਂ ਦੇਣਾ ਬਟ ਇਹ ਚੀਜ਼ ਬਹੁਤ ਹੈਲਪ ਕਰਦੀ ਹੈ ਮੰਨ ਕੇ ਚਲੋ ዱ ਚੈੱਕ ਦ ਪੋਜ਼ਿਟਿਵ ਐਂਡ ਨੈਗੇਟਿਵ ਸੈਂਸ ਆਫ ਦ ਬਲੈਂਕ ਤੁਹਾਨੂੰ ਜਿੱਥੇ ਬਲੈਂਕ ਦੇ ਵਿੱਚ ਖਾਲੀ ਥਾਂ ਦਿੱਤੀ ਗਈ ਹੈ ਉਹ ਲਾਈਨ ਪੋਜ਼ਿਟਿਵਿਟੀ ਸ਼ੋ ਕਰ ਰਹੀ ਹੈ ਕਿ ਨੈਗੇਟਿਵਿਟੀ ਸ਼ੋ ਕਰਦੇ ਵੀ ਹੈ ਲਾਈਕ ਦ ਕਲਾਈਮੇਟ ਚੇਂਜ ਇਸ ਡੈਸ਼ ਦ ਵਰਲਡ ਉਹ ਚੰਗਾ ਤਾਂ ਨਹੀਂ ਕਰ ਰਿਹਾ ਆਬਵੀਅਸਲੀ ਕਲਾਈਮੇਟ ਚੇਂਜ ਕੁਝ ਮਾੜਾ ਕਰ ਰਿਹਾ ਹੈ ਜੋ ਮਾੜੇ ਵਾਲਾ ਸੈਂਟੈਂਸ ਆ ਗਿਆ ਤੇ ਉਦੋਂ ਅਗਲਾ ਸੈਂਟੈਂਸ ਜਿਹੜਾ ਹੋਊਗਾ ਇਟ ਆਲਸੋ ਡੈਸ਼ ਦ ਹੈਲਥ ਆ यानी कि खराब भी कर रहे हैं ठीक है सो तो पिछली लाइन आ अगली लाइन आप समझ के चलनी है। इतने देखिए दिस एनालिसिस प्रोवाइडस एविडेंस फॉर द इफेक्टिवनैस ऑफ रिन्यूएबल एनर्जी सोर्सिज इन रिड्यूसिंग ग्रीन हाउस गैस एंड मेनटेनिंग ईकोसिटम उन्होंने रिड्यूस करना मेनटेन करना यानी कि दोनों चीज़ों बरकरार रखने की गल कर रहे हैं उन्होंने घटाओं कि ईकोसिस्टम बढ़ सके सर्वे रिजल्ट रिवील्ड लो एंगेजमेंट अमंग पार्टीसिपेंट पार्टीसिपेंट की एंगेजमेंट लो एंड नैगेटिविटी ਵਿਦ ਦਾ ਨਿਊ ਕਰਿਕੂਲਮ ਵਿਦ ਰਿਜ਼ਲਟਸ ਇਨ ਲਾਸ ਆਫ ਗਰੋਥ ਜੋ ਉੱਤੇ ਐਂਗੇਜਮੈਂਟ ਜਿਹੜੀ ਹੈ ਉਹ ਘਟ ਹੈ ਤਾਂ ਫਿਰ ਆਬਵੀਅਸਲੀ ਲਾਸ ਹੀ ਹੋਊਗਾ ਇੱਥੇ ਪ੍ਰੋਫਿਟ ਨਹੀਂ ਹੋਣ ਲੱਗਾ ਜੇ ਇੱਥੇ ਆ ਇੱਥੇ ਬਲੈਂਕ ਆ ਗਈ ਤੁਸੀਂ इजीली ਸਮਝ ਜਾਓਗੇ ਸਰ ਉੱਪਰਲੀ ਲਾਈਨ ਦੇ ਵਿੱਚ ਨੈਗੇਟਿਵਿਟੀ ਦੀ ਗੱਲ ਹੋ ਰਹੀ ਸੀ ਨੈਗੇਟਿਵ ਆਨਸਰ ਆਊਗਾ ਹੁਣ ਐਸੀ ਦੀ ਐਗਜ਼ਾਮਪਲ ਕਰਕੇ ਦੇਖੋ ਪਾਰਟਿਸਪੇਟਿੰਗ ਰੈਗੂਲਰਲੀ ਇਨ ਫਿਜ਼ੀਕਲ ਐਕਟੀਵਿਟੀ ਹੈਜ਼ ਬੀਨ ਸ਼ੋਨ ਹੁਣ ਪਾਰਟਿਸਿਪੇਟ ਕਰਨਾ ਫਿਜ਼ੀਕਲ ਐਕਟੀਵਿਟੀ ਚ ਰੈਗੂਲਰਲੀ ਇਟਸ ਅ ਪੋਜ਼ਿਟਿਵ ਥਿੰਗ ਹੈ ਨਾ टू डैश इंडिविजुअल्स हेल्थ अपनी हेल्थ ਨੂੰ ਕੀ ਕਰੂਗਾ टू ਦੇ ਨਾਲ ਕੀ ਲੱਗਦਾ ਜੇ ਨਹੀਂ ਪਤਾ ਤਾਂ ਰੂਲਸ ਰੂਲ ਨੰਬਰ 1 ਹੈ ਇਹ ਟੂ ਦੇ ਨਾਲ ਕੀ ਲੱਗਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਲੱਗਦਾ ਰੂਲ ਨੰਬਰ 1 ਦੇ ਵਿੱਚ ਡਿਸਕਸ ਕੀਤੇ ਹੋਏ ਆ ਜੀ ਚੈੱਕ ਕਰ ਸਕਦੇ ਹੋ ਉੱਪਰ ਮਾਈ ਲਿੰਕ ਦੇ ਵਿੱਚ ਸ਼ੋ ਕਰ ਦਿੰਦਾ ਮੈਂ ਦੁਬਾਰਾ ਫਿਰ ਐਨ ਇੰਡੀਵਿਜੁਅਲਸ ਹੈਲਥ ਬਿਟਰੇ ਸਟ੍ਰੈਸ ਗਰੀਟ ਐਗਜ਼ੈਂਪਲੀਫਾਈ ਬੂਸਟ ਬਲੋਸਮ অর ਬੈਨੀਫਿਟ ਹੁਣ ਸਾਰਿਆਂ ਦੇ ਵਿੱਚੋਂ ਕੀ ਆਊਗਾ ਜੀ ਬਿਟਰੇ ਕਰਨਾ ਨਹੀਂ ਆਊਗਾ 네ਗੇਟਿਵ ਆਨਸਰ ਹੈ ਕਿਉਂਕਿ ਆਪਾਂ ਨੂੰ ਪੋਜ਼ਿਟਿਵਿਟੀ ਚਾਹੀਦੀ ਹੈ ਸਟ੍ਰੈਸ 네ਗੇਟਿਵ ਆਨਸਰ ਹੈ ਨਹੀਂ ਆਊਗਾ ਗਰੀਟ ਕਰਨਾ ਕਿਸੇ ਨੂੰ ਵੈਲਕਮ ਕਰਨਾ ਥੈਂਕਫੁਲ ਹੋਣਾ ਥੋੜਾ ਬਈ ਆ ਵੀ ਸਕਦਾ ਐਗਜ਼ੈਂਪਲੀਫਾਈ ਮੀਨਿੰਗ ਹੀ ਨਹੀਂ ਕ੍ਰੀਏਟ ਕਰਦਾ ਬੂਸਟ ਕਰ ਸਕਦਾ ਇੰਡੀਵਿਜੂਅਲ ਦੀ ਹੈਲਥ ਨੂੰ ਬਲੋਸਮ ਕਰਨਾ ਖੇਡਣਾ ਗੱਲ ਨਹੀਂ ਬੰਦੀ ਵੀ ਕੋਲੋਕੇਟਿਵ ਨਹੀਂਗਾ ਸੋ ਗਰੀਟ ਥੈਂਕਸ ਗਿਵਿੰਗ ਨਹੀਂ ਗੱਲ ਬੰਦੀ ਵੀ ਬੂਸਟ ਵੀ ਨਹੀਂ ਕਰੂਗੀ ਬੂਸਟ ਜਾਂ ਬੈਨੀਫਿਟ ਦੇਖੋ ਬੂਸਟ ਕਰਨਾ ਹੁੰਦਾ ਵਧਾਉਣਾ ਹੈਲਥ ਨੂੰ ਵਧਾਉਂਦਾ ਨਹੀਂਗਾ ਫਿਜ਼ੀਕਲ ਐਕਟੀਵਿਟੀ ਉਹਨੂੰ ਫਾਇਦੇ ਦਿੰਦਾ ਹੈ ਹੈਲਥ ਨੂੰ ਸੋ ਹੈਲਥ ਨੂੰ ਬੈਨੀਫਿਟ ਕਰਦਾ ਹੈ ਨਾ ਕਿ ਬੂਸਟ ਨੈਕਸਟ ਸਪੇਸ ਕ੍ਰਾਫਟ ਐਂਡ ਲਾਂਚ ਪੈਡ ਇਕਵਿਪਮੈਂਟਸ ਸਪੇਸ ਕ੍ਰਾਫਟ ਪਹਿਲੀ ਗੱਲ ਜਦੋਂ ਰੀਡਿੰਗ ਕਰਨ ਲੱਗੇ ਹੋ ਜੇ ਤੁਹਾਨੂੰ ਸਪੇਸ ਕ੍ਰਾਫਟ ਦਾ ਨਹੀਂ ਪਤਾ ਤੁਹਾਨੂੰ ਲਾਂਚ ਪੈਡ ਦਾ ਨਹੀਂ ਪਤਾ ਤੁਹਾਨੂੰ ਆਨਸਰ ਨਹੀਂ ਮਿਲਣਾ ਸਿੰਪਲ ਤੁਹਾਨੂੰ ਨਹੀਂ ਪਤਾ ਤੁਸੀਂ ਅੱਜ ਹੀ ਪੜਨਾ ਸਟਾਰਟ ਕਰੋ ਕਿ ਮੈਂ ਕਿਹੜੀ ਜਗ੍ਹਾ ਦੇ ਉੱਤੇ ਕਿਉਂ ਵੀਕ ਐ ਮੇਰੀ ਵੋਕੇਬਲਰੀ ਇੰਨੀ ਕਿਉਂ ਜ਼ਿਆਦਾ ਮੈਨੂੰ ਸਮਝ ਨਹੀਂ ਕਿਉਂ ਜ਼ਿਆਦਾ ਜ਼ਰੂਰੀ ਹੈ ਜੇ ਤੁਹਾਨੂੰ ਨਹੀਂ ਪਤਾ ਯੂ ਕਾਂਟ ਸਪੇਸ ਕ੍ਰਾਫਟ ਐਂਡ ਲਾਂਚ ਪੈਡ ਇਕੁਪਮੈਂਟ ਅੰਡਰਗੋ ਐਕਸਟ੍ਰੀਮ ਡੈਸ਼ ਡਿਊ ਟੂ ਵਾਈਬ੍ਰੇਸ਼ਨ ਡਿਊਰਿੰਗ ਦਾ ਰਾਕਟ ਲਾਂਚਸ ਜਦੋਂ ਰਾਕਟ ਲਾਂਚ ਕਰਦਾ ਜਦੋਂ ਵਾਈਬ੍ਰੇਸ਼ਨ ਹੁੰਦੀ ਹੈ ਨਾ ਉਹਦੀ ਜਿਹੜੀ ਸਪੇਸ ਕ੍ਰਾਫਟ ਤੇ ਲਾਂਚ ਪੈਡ ਹੈ ਲਾਂਚ ਪੈਡ ਜਿਹੜੀ ਜਿੱਥੋਂ ਉਹ ਲਾਂਚ ਹੁੰਦਾ ਹੈ ਉਹਦੀ ਜਿਹੜੀ ਥਰਡੀ ਸਤ ਹੈ ਤੇ ਸਪੇਸ ਕ੍ਰਾਫਟ ਉਹ ਦੋਨੋਂ ਐਕਸਟ੍ਰੀਮ ਕਿਸ ਚੋਂ ਗੁਜ਼ਰਦੇ ਆ ਹੁਣ ਸੋਚ ਕੇ ਦੇਖੋ ਜਦੋਂ ਚੱਲਦੀ ਹੈ ਤਾਂ ਇਟਸ ਅ 네ਗੇਟਿਵ ਟੋਨ ਪਲੇਜ਼ਰ खुशी वाली कोई गल नहीं हो रही एक्सपेंसिज खर्चा बहुत ज्यादा आंदा नो हैडेक्स होंगे नो स्ट्रैस हो सकता है स्टडीज़ क्योंकि नैगेटिव आंसर है इस करके आपूँगे स्टडीज एक्सट्रीम स्टडीज नो डिस्प्यूट्स झगड़े होंगे नो हाँ तुम्हें नॉर्मली बच्चा ने यही आंसर दे सट्रीम वैदर क्योंकि उन्हें लाइन नहीं पढ़नी उन्होंने ये देखना भी उत्तर की लिखे कहेंगे सर एक्सट्रीम वैदर कौलोकेशन है ਜੇ ਕੋਲੋਕੇਸ਼ਨ ਦੇਖਣੀ ਹੈ ਉਸ ਤੋਂ ਬਾਅਦ ਸੈਕੰਡ ਥਿੰਗ ਵੀ ਤੁਹਾਨੂੰ ਪਿਆ ਗਿਆ ਕੋਲੋਕੇਸ਼ਨ ਦੇ ਨਾਲ-ਨਾਲ ਸੈਂਟੈਂਸ ਦਾ मीनिंग ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਹੀ ਆਨਸਰ ਤੁਸੀਂ ਸਹੀ ਦੇ ਸਕਦੇ ਹੋ ਅੰਡਰਗੋ ਐਕਸਟ੍ਰੀਮ ਸਟ्रेस ਇਜ਼ ਅ ਕੋਲੋਕੇਸ਼ਨ ਠੀਕ ਹੈ ਜੀ ਵੈਦਰ ਦਾ ਬਿਲਕੁਲ ਵੀ ਨਹੀਂ ਆਊਗਾ ਸੋ ਸਟ्रेसेस ਦਾ ਆਨਸਰ ਹੁਣ ਆਪਾਂ ਕਰਦੇ ਆ ਇਹਦੇ ਨਾਲ ਰਿਲੇਟਡ ਅਗਲੇ ਕੁਐਸ਼ਨਸ ਕਰਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਬਿਕਾਜ਼ ਐਂਡ ਆਫ ਦਾ ਡੇ ਆਪਾਂ ਮਤਲਬ ਡੇ 4 ਤੋ ਜਿਹੜੀ ਸੀ ਜਸਟ ਸਟਾਰਟ ਕਰਾਂਗੇ ਉਹ ਸਾਰੇ ਕੁਐਸਚਨਸ ਨੂੰ ਆਪਾਂ ਡਿਟੇਲ ਨਾਲ ਦੇਖਾਂਗੇ ਤੁਹਾਨੂੰ ਜਿਵੇਂ ਮੈਂ ਪਹਿਲਾਂ ਵੀ ਕਿਹਾ ਹੋਇਆ ਇਹ ਹੁਣ ਮੈਂ ਇੱਕ ਰੀਡਿੰਗ ਚੱਕੀ ਸੀ ਜਿਹੜੇ ਬੱਚੇ ਨੇ ਆਨਸਰ ਦਿੱਤਾ ਸੀ ਇੱਕ ਤੇ ਉਹਨੂੰ ਅਸੀਂ ਮਤਲਬ ਐਕਸਪਲੇਨ ਕੀਤਾ ਕਿਉਂ ਇਹ ਆਨਸਰ ਆਇਆ ਤੇ ਤੁਹਾਡਾ ਉਹ 네ਗੇਟਿਵ ਤੇ ਪੋਜ਼ਿਟਿਵ ਟੋਨ ਦਾ ਆਨਸਰ ਇੰਦੇ ਚ ਸਿੱਧਾ ਹੀ ਪਿਆ ਹੋਇਆ ਪਹਿਲੇ ਇਹਨੂੰ ਛੱਡ ਦਿਓ ਜੀ ਤੁਸੀਂ ਇੱਥੋਂ ਰੀਡ ਕਰਨਾ ਸਟਾਰਟ ਕਰੋ 아이ਰੋਨਿਕਲੀ ਵਾਈਲ ਵੀ ਡੈਸ਼ ਦਾ ਹਿਸਟਰੀ ਆਫ ਟਰੈਡੀਸ਼ਨਲ ਰੈਸਿਪੀਜ਼ ਦਾ ਕਲਚਰਲ ਨਾਂਸਸ ਆਫ ਇਨ ਕੁਲਿਨਰੀ ਪ੍ਰੈਕਟਿਸਿਸ ਵੀ ਆਫਨ ਟਰਨ ਅਪ ਆਵਰ ਨੋਸਿਸ ਆਪਾਂ ਆਪਦੇ ਨੱਕ ਐਕਟਿਵ ਕਰ ਲੈਨੇ ਜਦੋਂ ਆਪਾਂ ਉਹ ਟ੍ਰੈਡੀਸ਼ਨਲ ਜੀ ਡਿਸ਼ਸ ਵਗੈਰਾ ਦਾ ਗੱਲਬਾਤ ਕਰਦੇ ਆ ਕੁਜ਼ੀਨ ਹੈਜ਼ ਬੀਨ ਇਵੋਲਵਿੰਗ ਸਿንስ ਦਾ ਡਾਊਨ ਆਫ ਟਾਈਮ ਜਦੋਂ ਸਮੇਂ ਦੀ ਸ਼ੁਰੂਆਤ ਹੋਈ ਆ ਉਦੋਂ ਤੋਂ ਹੀ ਕੁਜ਼ੀਨਸ ਨਾਲ ਚੱਲਦੀਆਂ ਆ ਕੁਜ਼ੀਨ ਕੀ ਹੁੰਦਾ ਗੋ ਗੂਗਲ ਇਟ ਸਰਚ ਕਰਕੇ ਦੇਖੋ ਕੁਜ਼ੀਨ ਇੱਕ ਡਿਸ਼ ਨੂੰ ਕਿਹਾ ਜਾਂਦਾ ਜਿਹੜੀ ਇੱਕ ਪਾਰਟਿਕੂਲਰ ਤਬੀਲਾਂ ਦੀ ਜਿਵੇਂ ਆਪਾਂ ਕਹਿ ਦਈਏ ਵੀ ਉਹਨਾਂ ਦੀ ਇੱਕ ਪਾਰਟਿਕੂਲਰ ਡਿਸ਼ ਹੁੰਦੀ ਆ ਜਿਹੜੀ ਉਹਨੂੰ ਆਪਾਂ ਕੁਜ਼ੀਨ ਕਹਿ ਦਿੰਨੇ ਆ ਠੀਕ ਹੈ ਜਿਵੇਂ ਆਪਣੀ ਸਾਗ ਵਾਲੀ ਰੋਟੀ ਸਾਗ ਨਾਲ ਰੋਟੀ ਹੋ ਜਾਂਦੀ ਆ ਉਹ ਵੀ ਇੱਕ ਕੁਜ਼ੀਨ ਹੀ ਆਪਣਾ कंटीन्यूस टू डू इट्स सो इन द मॉडर्न एरा तो उजा हम मॉडर एरा च भी हो रही लाइन पिछले पॉजिटिव है कि नैगेटिव है पॉजिटिव है आइरोनिकली वाइल वु रैलिश द हिस्ट्री ऑफ ट्रडिशनल रेसिपीज उन्होंने लिखता जी डायल्यूटेड वाइल वी डायल्यूटेड डिल्यूट करना थाले मैं एग्जाम्पल देता है मिकसिंग इन द प्योरिटी ਕੋਈ ਵੀ ਚੀਜ਼ ਪਾਇਓਰਿਟੀ ਆ ਉਹਨੂੰ ਆਪਾਂ ਮਿਕਸ ਕਰ ਦਿੰਦੇ ਆ ਜਿਵੇਂ ਕੋਈ ਗਾੜੀ ਚੀਜ਼ ਆਉਂਦੇ ਚ ਆਪਾਂ ਪਾਣੀ ਪਾਤਾ ਉਹਨੂੰ ਡਿਲੀਊਟ ਕਰਤਾ ਸੋ ਇਟ ਇਜ਼ ਅ 네ਗੇਟਿਵ ਥਿੰਗ ਰੈਲਿਸ਼ ਕਰਨਾ ਇੰਜੋਇੰਗ ਦਾ ਫਲੇਵਰ ਕਿਸੇ ਵੀ ਚੀਜ਼ ਦਾ ਸਵਾਦ ਲੈਣਾ ਨੂੰ ਆਪਾਂ ਰੈਲਿਸ਼ ਕਰਨਾ ਕਹਿੰਦੇ ਆ ਸੋ ਟ੍ਰੈਡੀਸ਼ਨਲ ਰੈਸਿਪੀਜ਼ ਨੂੰ ਆਪਾਂ ਇੰਜੋਏ ਕਰਦੇ ਸੋ ਰੈਲਿਸ਼ ਆਨਸਰ ਆਨੇ ਸਿਕੋਜ਼ ਪਿਛਲੀ ਲਾਈਨ ਵੀ ਪੋਜ਼ਿਟਿਵ ਸੀ ਇਸ ਕਰਕੇ ਅਗਲੀ ਲਾਈਨ ਵੀ ਪੋਜ਼ਿਟਿਵ ਹੈ ਪੈਸੇ ਸਾਰਾ ਪੋਜ਼ਿਟਿਵਿਟੀ ਚ ਚੱਲ ਰਿਹਾ ਹੈ 네ਗੇਟਿਵ ਤਾਂ ਗੱਲ ਹੀ ਨਹੀਂ ਹੋਈ ਅਗਲਾ ਦੇਖਦੇ ਆ ਇਹ ਬਹੁਤ ਹੈਲਪਫੁਲ ਆਇਆ ਜੀ ਆਡ ਵਨ ਆਊਟ ਵੈਰੀ ਟ੍ਰੀਕੀ ਆਨਸਰ ਰੀਡਿੰਗ ਐਂਡ ਰਾਈਟਿੰਗ ਬਲੈਂਕਸ ਦੇ ਵਿੱਚ ਆਹ ਵਾਲੀ ਟ੍ਰਿਕ ਤੁਸੀਂ ਹਮੇਸ਼ਾ ਨਾਲ ਲੈ ਕੇ ਚੱਲਣੀ ਹੈ ਆਡ ਵਨ ਆਊਟ ਸ਼ਾਰਟਕਟ ਇੱਟਨਾ ਕਿ ਜ਼ਿਆਦਾ ਪਿਆਰਾ ਹੈ ਨਾ ਇਹ ਸਭ ਤੋਂ ਪਹਿਲਾਂ ਰੀਡਿੰਗ ਦੀ ਮਤਲਬ ਬਲੈਂਕ ਨੂੰ ਓਪਨ ਕਰੋ ਚਾਰੇ ਆਪਸ਼ਨ ਆ ਗਿਆ ਚਾਰਾਂ ਦੀ ਕੈਟਾਗਰੀ ਡਿਵਾਈਡ ਕਰ ਦਿਓ ਲਾਈਕ ਪਿਗ ਡੌਗ ਕੈਟ ਐਂਡ ਟ੍ਰੀ ਤੁਸੀਂ ਟ੍ਰੀ ਆਨਸਰ ਦੇ ਦੋ ਦਿਸ ਇਜ਼ ਆਡ ਵਨ ਆਊਟ ਤਿੰਨ ਕੈਟਾਗਰੀਆਂ ਇੱਕ ਪਾਸੇ ਲਿੰਕ ਕਰਦੀਆਂ ਹੋਈਆਂ ਇੱਕ ਆਨਸਰ ਹੈ ਜਿਹੜਾ ਦੂਸਰੇ ਪਾਸੇ ਲਿੰਕ ਕਰਦਾ ਤੇ ਹੁਣ ਇਹਦੇ ਵਿੱਚੋਂ ਦੇਖੋ ਜੀ ਇਸੇ ਵੇ ਨਾਲ ਆਪਾਂ ਡਿਵਾਈਡ ਕਰਦੇ ਹਾਂ ਬਹੁਤ ਵਾਰੀ ਬੱਚਾ ਨੂੰ ਕੁਸ਼ਨ ਵੀ ਹੋਣਾ ਸਰ ਉਹ ਆਨਸਰ ਨਹੀਂ ਵੀ ਆਉਂਦਾ ਠੀਕ ਹੈ ਮੈਂ ਫੇਰ ਕਹਿਣਾ ਹੁਣਾ ਜਦੋਂ ਕੋਈ ਵੀ ਮੇਰਾ ਰੂਲ ਲਗਾ ਕੇ ਦੇਖੋਗੇ ਉਸ ਤੋਂ ਬਾਅਦ ਤੁਸੀਂ ਉਹਨੂੰ ਪੜ੍ਹਨਾ ਜ਼ਰੂਰ ਹੈ ਜੇ ਤੁਸੀਂ ਪੜ੍ਹ ਨਹੀਂ ਰਹੇ ਸੈਂਟੈਂਸ ਨੂੰ मीनिंग ਨਹੀਂ ਦੇਖਦੇ ਪਏ ਫਿਰ ਤਾਂ ਸ਼ਾਰਟਕੱਟਸ ਵੀ ਨਹੀਂ ਕੰਮ ਕਰਨੇ ਸੌਰੀ ਪਹਿਲੀ ਗੱਲ ਇੱਥੇ ਏ ਲੱਗਿਆ ਹੋਇਆ ਹੈ ਏ ਆਰਟੀਕਲ ਕੀ ਦੱਸਦਾ ਹੈ ਜੀ ਨਾਉਨ ਕਿਹੜਾ ਹੋਊਗਾ ਸਿੰਗੂਲਰ ਵਿਚਾਲੇ ਕੀ ਲੱਗਿਆ ਹੈ ਸੈਕਿੰਡ ਸੈਕਿੰਡ ਮੀਨਸ ਐਡਜੈਕਟਿਵ ਅਬਿਲਿਟੀਆਂ ਨਹੀਂ ਆਊਗਾ ਰੀਜ਼ਨ ਪਲੂਰਲ ਹੈ ਗੁੱਡ ਫਾਲ डिक्लाइन एंड सर्च आधेरिया जी नैगटिव सेंस नैगेटिव सेंस एंड पॉजिटिव सेंस एक आंसर तो आऊगा नहीं दो नैगेटिव हो गए एक पॉजिटिव चुप करके सर्ज आंसर लगाओ हूँ लगा के लाइन पढ़ के देख लियो थोड़ा तो पता लग जूगा जी आंसर किमें सही आई एग्जाम्पल एक होर करके देखते दे। ओके ऑप्शनस खोलियाँ प्रमोट शिफ्ट डिफीट तेड रिड, रिड।, रिड हमें छुटकारा पाँना डिफीट करना हराना ਪ੍ਰਮੋਟ ਕਰਨਾ ਵਧਾਉਣਾ ਸ਼ਿਫਟ ਕਰਨਾ ਇੱਕ ਨਿਊਟਰਲ ਵਰਡ ਹੈ ਹਨਾ ਇਧਰੋਂ ਉਧਰ ਸ਼ਿਫਟ ਕਰਕੇ ਹੁਣ ਆਪਾਂ ਮਾੜੀ ਲਾਈਨ ਪੜਦੇ ਸ਼ਿਫਟ ਦੀ ਸੈਂਸ ਕਿੱਧਰ ਜਾ ਰਹੀ ਹੈ ਸ਼ਿਫਟ ਦਾ ਆਰਗੇਨਾਈਜੇਸ਼ਨਸ ਮਿਸ਼ਨ ਜੇ ਆਪਾਂ ਆਰਗੇਨਾਈਜੇਸ਼ਨ ਦੇ ਮਿਸ਼ਨ ਨੂੰ ਸ਼ਿਫਟ ਕਰ ਲਾਂਗੇ ਮਤਲਬ ਉਹਨਾਂ ਲਈ ਤਾਂ ਇੱਕ ਮਾੜੀ ਗੱਲ ਹੋ ਗਈ ਨਾ 네ਗੇਟਿਵਿਟੀ ਤੇ ਆ ਗਿਆ ਇਹ ਵੀ ਸੋ ਆਨਸਰ ਆਪਣਾ ਕੀ ਆ ਜੂਗਾ ਪ੍ਰਮੋਟ ਬਿਕੋਜ਼ 네ਗੇਟਿਵ 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 ਇੱਕ ਹੀ ਆਨਸਰ ਹੈ ਪੋਜ਼ਿਟਿਵ ਲਗਾ ਕੇ ਪੜ ਕੇ ਦੇਖੋ ਤੁਹਾਨੂੰ ਲੱਗ ਜੂਗਾ ਤਾਂ ਕਵੈਸਚਨ ਨੰਬਰ ਸੌਰੀ ਰੂਲ ਨੰਬਰ 25th ਹੈ ਜਿਹੜਾ ਉਹ ਕੀ ਕਹਿੰਦਾ ਗੋ ਵਿਦ ਕੋਲੋਕੇਸ਼ਨ ਐਂਡ ਲਿੰਕਿੰਗ ਵਰਡਸ ਯਾਨੀ ਕਿ ਜਿਹੜਾ ਆਪਾਂ ਕਹਿੰਦੇ ਆ ਵੀ ਸਰ ਇਹਦੇ ਨਾਲ ਆਹ ਵਰਡ ਮੈਂ ਜ਼ਿਆਦਾਤਰ ਸੁਣਿਆ ਇੱਕ ਤਾਂ ਹੁੰਦੀ ਹੈ ਕੋਲੋਕੇਸ਼ਨ ਜਿਹੜੀ ਵਰਬ ਤੇ ਨਾਉਨ ਦੀ ਐਡਜੈਕਟਿਵ ਐਡਵਰਬ ਦੀ ਇਹ ਉਹ ਕੋਲੋਕੇਸ਼ਨਸ ਆਪਾਂ ਲਿਸਟ ਪੜ੍ਹੀ ਹੋਈ ਹੈ ਬਟ ਵਟ ਅਬਾਊਟ ਦ ਪ੍ਰੈਪੋਜੀਸ਼ਨਸ ਵੀ ਉਹਦੇ ਨਾਲ ਔਨ ਲੱਗਦਾ ਉਹਦੇ ਨਾਲ ਆਫ ਲੱਗਦਾ ਉਹਦੇ ਨਾਲ ਟੂ ਲੱਗਦਾ ਉਹਦੇ ਨਾਲ ਅਪ ਲੱਗਦਾ ਤੁਸੀਂ ਬਹੁਤ ਵਾਰੀ ਨੋਟ ਕੀਤੇ ਹੋਣਗੇ ਵਰਡਸ ਹੁਣ ਉਹੀ ਚੀਜ਼ ਇੱਥੇ ਕਰਕੇ ਦੇਖੋ ਸਜੈਸਟਡ ਆਫ options of weather ya multiple of weather profits yes regardless of regardless of the collocation ਹੁੰਦੀ ਹੈ ਇਹਨੂੰ ਆਨਸਰ ਲਗਾ ਕੇ ਪਹਿਲਾਂ ਚੱਲਾਂਗੇ ਹੋ ਸਕਦਾ ਹੈ ਆਨਸਰ ਕੋਈ ਹੋਰ ਆ ਜੇ ਬਟ ਪਹਿਲਾਂ ਇਹਨੂੰ ਦੇਖੋ ਜਿਹੜੀ ਕੋਲੋਕੇਟਿਵ ਜ਼ਿਆਦਾ ਲੱਗਦੀ ਹੈ ਉਸ ਤੋਂ ਬਾਅਦ ਮੱਥਾ ਮਾਰੋ ਕਿਉਂਕਿ ਮੈਂ ਤੁਹਾਡੀ ਟਾਈਮ ਸੇਵ ਕਰਦਾ ਪਿਆ ਸਾਰਿਆਂ ਨਾਲ ਇਹੀ ਹੁੰਦਾ ਵੀ ਰੀਡਿੰਗ ਦੀ ਬਲੈਂਕਸ ਤੁਹਾਡੇ ਤੋਂ ਕੰਪਲੀਟ ਨਹੀਂ ਹੁੰਦੀਆਂ ਜਾਂ ਰੀਡਿੰਗ ਦਾ ਟੋਟਲ ਟਾਈਮ ਤੁਹਾਡੇ ਤੋਂ ਸੇਵ ਨਹੀਂ ਹੁੰਦਾ ਸਰ 3 ਮਿੰਟ ਚ ਕਿਵੇਂ ਆਨਸਰ ਦਈਏ ਇੰਨਾ ਜ਼ਿਆਦਾ ਹੈਡੇਕ ਵਾਲਾ ਕੰਮ ਹੈ ਇਸ ਵੇਲੇ ਤੁਹਾਡੇ ਤਿੰਨ ਛੜੋ 2 ਮਿੰਟਾਂ ਦੇ ਅਨਸਰ ਹੋਣਗੇ ਜਿਹੜੇ ਵੀ ਆਨਲਾਈਨ ਕਲਾਸ ਸਾਡੇ ਨਾਲ ਲਾਉਂਦੇ ਹਨ ਉਹਨਾਂ ਤੋਂ ਪੁੱਛ ਕੇ ਦੇਖੋ ਕਿੰਨੇ ਚਿਰ ਚਾਪਾ ਅਨਸਰ ਦਿੰਦੇ ਹਾਰਡਲੀ 1 ਮਿੰਟ ਜਾਂ ਕਈ ਵਾਰ ਤਾਂ 30 ਸੈਕਿੰਡਸ 40 ਸੈਕਿੰਡਸ ਪ੍ਰਕਪੜਤ ਅਨਸਰ ਪਈ ਹੁੰਦੇ ਸਾਰਾ ਪੈਸੇਜ ਪੜਨ ਦੀ ਲੋੜ ਹੀ ਨਹੀਂ ਮਾੜਾ ਜਿਹਾ ਪਹਿਲੀ ਲਾਈਨ ਪੜੋ ਪੋਜ਼ਿਟਿਵਿਟੀ 네ਗੇਟਿਵਿਟੀ ਗੇਨ ਕਰ ਲਈ ਅਗਲੇ ਪਿਛਲੇ ਵਰਡ ਦੇਖੇ ਕੋਲੋਕੇਸ਼ਨ ਦੇਖੀ ਪੋਜ਼ਿਟਿਵ 네ਗੇਟਿਵ ਟੋਨ ਦੇਖੀ ਗ੍ਰੈਮੈਟੀਕਲ ਸਟਰਕਚਰਸ ਦੇਖੇ ਅਨਸਰ ਬਹੁਤ ਹੈਲਪ ਆਊਟ ਹੁੰਦੀ ਹੈ ਜਦੋਂ ਇਹ ਸਾਰੇ ਦੇ ਹੋਰ ਆਪਾਂ ਕਰਕੇ ਦੇਖਦੇ ਹਾਂ ਉਹਦੇ ਵਿੱਚ ਕੀ ਹੈ ਓਕੇ ਅ ਇਹਦੇ ਵਿੱਚ ਉਹਨਾਂ ਨੇ ਕਿਹਾ ਜੀ ਆਰ ਡੈਸ਼ 2 ਉਹਨੇ ਇੱਕ 2 ਵਰਡ ਲੱਗਿਆ ਹੋਇਆ ਇਹਦੇ ਨਾਲ ਕਿਹੜਾ ਰਿਲੇਸ਼ 2 ਰਿਲੇਅਬਲ 2 ਸਬਜੈਕਟ 2 ਮੇਡ 2 ਅ ਬੌਂਡ 2 ਸਬਜੈਕਟ 2 ਦ ਮੀਨਿੰਗ ਜਿਹੜਾ ਹੁੰਦਾ ਜੀ ਮੈਂ ਥੱਲੇ ਡਿਫਾਈਨ ਕੀਤਾ ਹੋਇਆ ਅਫੈਕਟਿਡ ਬਾਈ অর ਪੋਸੀਬਲੀ ਅਫੈਕਟਿਡ ਬਾਈ ਸਮਥਿੰਗ ਕਿਸੇ ਨਾਲ ਪ੍ਰਭਾਵਿਤ ਹੋਵੇ ਜਾਂ ਫਿਰ ਹੋ ਸਕਦਾ ਕਿਸੇ ਚੀਜ਼ ਨਾਲ ਪ੍ਰਭਾਵਿਤ ਹੁੰਦਾ ਹੋਵੇ ਠੀਕ ਹੈ ਉਹਨੂੰ ਆਪਾਂ ਕਹਿੰਦੇ ਨੇ ਸਬਜੈਕਟ ਟੂ ਸੋ ਸਬਜੈਕਟ ਟੂ and and uh, entirely different set of laws ਤੁਹਾਨੂੰ ਨਹੀਂ ਪਤਾ ਤੁਹਾਨੂੰ ਫਿਰ ਵੀ ਆਨਸਰ ਤੁਹਾਡੇ ਸਹੀ ਜਾਣ ਲੱਗ ਜਾਣਗੇ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਫਾਲੋ ਕੀਤਾ ਤਾਂ ਅਗਲੀ ਵੀਡੀਓਜ਼ ਦੇ ਵਿੱਚ ਹੁਣ ਆਪਾਂ ਕੀ ਕਰਾਂਗੇ ਇਹੀ ਰੂਲਸ ਵਿਦ ਐਗਜ਼ਾਮਪਲ ਤੁਹਾਡੇ ਸਾਹਮਣੇ ਕਰਾਂਗੇ ਓਪਨ ਕਰ ਕਰਕੇ ਰੂਲਸ ਨੂੰ ਇੰਪਲੀਮੈਂਟ ਕਰ ਕਰ ਦਿਖਾਵਾਂਗੇ ਆ ਦੇਖੋ ਇੱਥੇ ਆ ਨੰਬਰ ਰੂਲ ਕੰਮ ਕਰਦਾ ਹੈ ਕਿ ਨਹੀਂ ਕਰਦਾ ਜਿਵੇਂ ਮੈਂ ਤੁਹਾਨੂੰ ਰੂਲ ਸਮਝਾਇਆ ਸੀ ਉਹਦੇ ਹਿਸਾਬ ਨਾਲ ਇੱਥੇ ਚੈੱਕ ਕਰੋ ਦਾ ਤੋਂ ਬਾਅਦ ਕੀ ਆਉਣਾ ਸੀ ਆਰਟੀਕਲ ਐਡਜੈਕਟਿਵਸ ਵਗੈਰਾ ਨਾਉਨਸ ਵਗੈਰਾ ਵਰਬਸ ਵਗੈਰਾ ਸਾਰੀ ਚੰਗੀ ਤਰ੍ਹਾਂ ਕਲੈਰਿਟੀ ਨਾਲ ਆਪਾਂ ਰੀਡਿੰਗ ਦੇ ਬਲੈਂਕਸ ਕਰਾਂਗੇ along with the reading and writing blacks ਜਿਹੜੇ ਤੁਹਾਨੂੰ ਲੱਗਦੀ ਹੈ ਨਾ ਵੀ ਸਰ ਆਹ ਵਾਲਿਆਂ ਦਾ ਸਮਝ ਨਹੀਂ ਲੱਗਦੀਆਂ ਜਿੰਨੀਆਂ ਕਿ ਐਗਜ਼ਾਮਪਲਸ ਅੱਗੇ ਆਈਆਂ ਕਿਆਂ ਤੁਸੀਂ ਸਟੇ ਟਿਊਨ ਸਬਸਕ੍ਰਾਈਬ ਵਗੈਰਾ ਚੈਨਲ ਨੂੰ ਕਰ ਲਓ ਤਾਂ ਕਿ ਉਹ ਵੀਡੀਓਜ਼ ਤੁਸੀਂ ਮਿਸ ਨਾ ਕਰੋ ਰੂਲ ਦੇ ਰੱਟੇ ਚਾੜਨ ਦਾ ਫਾਇਦਾ ਨਹੀਂ ਉਹਨੂੰ ਇੰਪਲੀਮੈਂਟ ਕਰਨੇ ਆਉਣੇ ਚਾਹੀਦੇ ਆ ਲਿਖ ਕੇ ਤੁਹਾਡੇ ਕੋਲ ਬਹੁਤ ਕੁਝ ਡਾਟਾ ਪਿਆ ਉਹਨਾਂ ਨਾਲੋਂ ਉਹਨੂੰ ਇੰਪਲੀਮੈਂਟ ਕਰਕੇ ਲਾਈਵ ਕਲਾਸ ਦੇ ਵਿੱਚ ਜਦੋਂ ਤੁਹਾਨੂੰ ਸ਼ੋਅ ਕਰਾਂਗੇ ਵੀ ਐਂ ਕਰਕੇ ਆਨਸਰਸ ਆਉਂਦੇ ਆ ਫਿਰ ਤੁਹਾਨੂੰ ਜਾ ਕੇ ਉਹ ਚੀਜ਼ ਜ਼ਿਆਦਾ ਈਜ਼ੀ ਲੱਗਣ ਲੱਗੂਗੀ ਇਸੇ ਵੇਲੇ ਨਾਲ ਰੀਡਿੰਗ ਵਾਲੇ ਮਤਲਬ ਸਾਡੇ ਸੈਸ਼ਨਸ ਦੇ ਵਿੱਚ ਬੱਚਿਆਂ ਦਾ ਰੀਡਿੰਗ 'ਚ ਇੰਟਰਸਟ ਵੀ ਬੰਨਾ ਸ਼ੁਰੂ ਹੋ ਗਿਆ ਇਹੀ ਰੀਜ਼ਨ ਕਰਕੇ ਤੁਹਾਨੂੰ ਨਹੀਂ ਪਤਾ ਆਰਟੀਕਲਸ ਕੀ ਹੁੰਦੇ ਆ ਨਹੀਂ ਹੋਣੀ ਰੀਡਿੰਗ ਕਿੰਨੇ ਕੁ ਤੁੱਕੇ ਤੁਸੀਂ ਯਾਦ ਕਰ ਲੋਗੇ ਸੋ ਰਿਕਵੈਸਟ ਤਾਂ ਇਹੀ ਹੈ ਜੇ ਤੁਸੀਂ ਵੀਡੀਓਜ਼ ਪਹਿਲਾਂ ਵਾਲੀਆਂ ਨਹੀਂ ਦੇਖੀਆਂ ਆਰਟੀਕਲ ਐਡਜੈਕਟਿਵਸ ਕਲੀਅਰ ਨਹੀਂ ਗਏ ਉਹਨਾਂ ਨੂੰ ਦੇਖ ਲਓ ਵੀਡੀਓਜ਼ ਨੂੰ ਐਂਡ ਵਾਲੀ ਵੀਡੀਓ ਇਹ ਵਾਲੀ ਦੇਖੋ ਫਿਰ ਸਟੇਟ ਜਿਹੜੀ ਅਗਲੀਆਂ ਵੀਡੀਓਜ਼ ਆਣਗੀਆਂ ਆਪਾਂ ਉਹਦੇ ਵਿੱਚ ਅੱਗੇ ਗੱਲਾਂ ਬਾਤਾਂ ਹੋਰ ਕਰਾਂਗੇ ਹੋ ਸਕਦਾ ਇਹਨਾਂ ਰੂਲਸ ਤੋਂ ਅਲ ਤੇ ਜਿਹੜੇ ਕੀ ਸੁਣਨੇ ਬਹੁਤ ਜ਼ਿਆਦਾ ਜ਼ਰੂਰੀ ਹੋਣਗੇ ਸੋ ਸਟੇ ਟਿਊਨ ਥੈਂਕ ਯੂ